रमेश सिंह जी। ਹਾਂਜੀ ਗਰਮੇਸ਼ ਸਿੰਘ ਕੀ ਹੋਇਆ ਤੜੇ ਤੇ ਜਿਹੜਾ ਹਮਲਾ ਕੀਤਾ ਕਿ ਕੀ ਕਾਰਨ? ਇਹ ਜੀ ਮੈਂ ਗਰੀਬ ਹੈਗਾ ਜੀ, ਇਹ ਨਾ ਜੀ ਗੁੱਡੀਆਂ ਨੂੰ ਲੈ ਕੇ ਦਿਹਾੜੀ ਮੇਥਾ ਪੁੱਟਣ ਜਾਣਾ ਹੈ। ਕਿੰਨੀ ਕਿਲੇ ਉਮਰ ਸੀ ਗੁੜੀਆ ਦੀ? ਹੁੰਦੀ ਸੀ 14 ਸਾਲ ਜੀ। ਅੱਛਾ, ਉਹ ਦਿਹਾੜੀ ਲੈ ਕੇ? ਦਿਹਾੜੀ ਲੈ ਗਿਆ ਸੀ। ਅੱਛਾ ਹਾਂਜੀ। ਇਹ ਜਿਹੜਾ ਨਾ ਲੈ ਗਈ ਦਿਹਾੜੀ, ਇੱਕ ਤਾਂ ਟਹਿਲ ਸਿੰਘ ਤੇ ਊਸ਼ਾ ਰਾਣੀ ਜੀ। ਊਸ਼ਾ ਰਾਣੀ ਕੀ ਲੱਗਦੀ ਸੀ? ਇਹਦੀ ਤਾਈ ਲੱਗਦੀ ਹੈ ਜੀ। ਅੱਛਾ, ਲੜਕੀ ਨੇ ਦਿਹਾੜੀ ਲੈ ਕੇ ਉੱਥੇ ਕੀ ਕੀਤਾ? ਇਹਨਾਂ ਜ਼ਬਰਦਸਤੀ ਕਰਾਉਣਾ ਚਾਹੁੰਦੀ ਸੀ। ਕਿਵੇਂ ਭੇਜਿਆ? ਐਵੇਂ ਵੀ ਚਾਹ ਦੇ ਬਹਾਨੇ ਭੇਜਿਆ ਵੀ ਚਾਹ ਬਣਾ ਦੇ ਲਿਆਓ ਮੋਟਰ ਜੀ। ਹਾਂਜੀ। ਉੱਥੋਂ ਕੌਣ ਆਇਆ ਮਗਰ? ਕਹਿੰਦੇ ਲੜਕੀ ਦੇ ਮਗਰ ਜਿਹਨੇ ਛੇੜਿਆ ਦੂਸਰਾ ਟਹਿਲ ਸਿੰਘ ਜੀ। ਟਹਿਲ ਸਿੰਘ ਕੀ ਲੱਗਦਾ? ਉਹਦਾ ਤਾਇਆ ਹੀ ਲੱਗਦਾ ਜੀ। ਕਿੰਨੀ ਕੁ ਉਮਰ ਹੁੰਦੀ? ਹੁੰਦੀ ਹੈਗੀ 45 ਸਾਲ ਜੀ। ਉਹਨੇ ਛੇੜਛਾੜ ਕੀਤੀ? ਹਾਂਜੀ, ਛੇੜਛਾੜ ਕੀਤੀ। ਸੋਮਾ ਰਾਣੀ। ਸੋਮਾ ਕਿੱਥੋਂ ਰਹਿਣ ਵਾਲੇ ਤੁਸੀਂ? ਅਸੀਂ ਮੱਤਾ ਠਾੜ ਦੇ। ਕੀ ਹੋਇਆ ਕੀ ਤੁਹਾਡੇ ਲੜਕੀ ਨਾਲ? ਲੜਕੀ ਨਾਲ ਹੋਇਆ, ਲੜਕੀ ਨੂੰ ਮੇਥਰਾ ਕੁੱਟਣ ਦੇ ਲਈ ਦਿਹਾੜੀ ਲੈ ਗਏ ਸੀ ਉਹਦੇ ਤਾਈ ਜੀ, ਤੇ ਉੱਥੇ ਜਾ ਕੇ ਮਾੜੀ ਨਿਗਾਹ ਨਾਲ ਵੇਖ ਕੇ ਤੇ ਉਹਦੇ ਨਾਲ ਜ਼ਬਰਦਸਤੀ ਕਰਦੇ ਸੀ, ਧੱਕਾ ਕਰਦੇ ਸੀ। ਕੌਣ ਕਰਦਾ ਸੀ? ਟਹਿਲ ਸਿੰਘ। ਟਹਿਲ ਸਿੰਘ ਕੀ ਲੱਗਦਾ? ਟਹਿਲ ਸਿੰਘ ਤਾਇਆ ਜੀ ਲੱਗਦਾ ਸੀ। ਤਾਇਆ? ਹਾਂਜੀ, 45 ਸਾਲ ਉਮਰ ਸੀ ਉਹਦੀ। ਹਾਂਜੀ। ਤੁਹਾਡੀ ਲੜਕੀ ਦੇ ਬੇਈਮਾਨ ਹੈ? ਬੇਈਮਾਨ ਹੀ ਹੋ ਗਏ ਜਦੋਂ ਇੱਥੋਂ ਘਰੋਂ ਪੈਤ ਲੈ ਗਏ ਨੇ ਦਲਾਸੇ ਨਾਲ ਬੁਲਾ ਕੇ, ਤੇ ਉੱਥੇ ਜਾ ਕੇ ਬੇਈਮਾਨ ਹੋ ਗਏ। ਤੇ ਗੁੜੀਆ ਉੱਥੇ ਇਕੱਲੀ ਸੀ, ਉੱਥੇ ਕੋਈ ਕੋਲੋਂ ਨੇੜੇ ਤੇੜੇ ਬੰਦਾ ਜੀਤਰ ਨਹੀਂ ਸੀ। ਹਾਂ, ਚਾਹ ਦੇ ਬਹਾਨੇ ਲੈ ਗਏ ਸੀ ਮੋਟਰ 'ਚ। ਉਸ ਤੋਂ ਬਾਅਦ ਵਾਹੇ ਕਿ ਲੜਕੀ ਨੇ ਪਾਣੀ ਭਰ ਕੇ ਲਿਆਂਦਾ ਚਾਹ ਬਣਾਉਣ ਲਈ। ਉਦੋਂ ਬਾਅਦ ਕਿ ਉਹਦੇ ਤਾਏ ਨੇ ਆਵਾਜ਼ ਮਾਰੀ ਕਿ ਮਾਚਿਸ ਲੈ ਜਾ ਅੰਦਰੋਂ ਆ ਕੇ। ਮਾਚਿਸ ਲਿਜਾਣ ਦੇ ਬਹਾਨੇ ਉਹਨੇ ਫੜ ਕੇ ਤੇ ਅੰਦਰੋਂ ਤਾਂ ਬਾਂਹ ਫੜ ਲਈ ਅਤੇ ਬੇਇੱਜ਼ਤੀ ਕਰਨ ਦਾ ਸਵਾਲ ਕੀਤਾ। ਨਹੀਂ, ਮਾੜੀ ਹਰਕਤ ਕਰਨ ਦਾ ਬੜੀ ਉਹਨੇ ਕੋਸ਼ਿਸ਼ ਕੀਤੀ, ਅਤੇ ਬਾਕੀ ਕੁੜੀ ਨੇ ਚੀਕਾ ਚੁੱਕਾ ਮਾਰ ਕੇ ਭੱਜ ਤਰੁੱਕ ਕਰਕੇ ਨਿਕਲ ਆਈ ਬਾਹਰ। ਹਮਲਾ ਹੋਇਆ ਵੀ ਇਹਨੂੰ ਅਸੀਂ ਫਿਰ ਉੱਥੋਂ ਬਾਅਦ ਕੇ ਲਾਂਭਾ ਦਿੱਤਾ, ਲਾਂਭਾ ਦੇ ਕੇ ਅਸੀਂ ਥਾਣੇ ਆਏ। ਥਾਣੇ ਦਰਖਾਸਤ ਲਾ ਕੇ ਅਸੀਂ ਚੱਲੇ ਸੀ ਵਾਪਸੀ ਕਰਨ, ਅਸੀਂ ਸਰਪੰਚ ਨਾਲ ਗੱਡੀ 'ਤੇ ਚਲੇ ਗਏ ਅਤੇ ਇਹਨੇ ਅੱਗੋਂ ਫੜ ਕੇ ਨਾ ਲੜਕੀ ਆਏ, ਇਹਦੇ ਪਾਪਾ ਨੂੰ ਲੜਕੀ ਦੇ ਨੂੰ ਉੱਥੇ ਰਸਤੇ 'ਚ ਕੁੰਡਿਆਂ ਘੇਰ ਲਿਆ। ਉਹਨਾਂ ਪਹਿਲਾਂ ਬੜਕਾਂ ਪਿੰਡ 'ਚ ਮਾਰੀਆਂ ਪੀ ਖਾ ਕੇ ਵੀ ਅਸੀਂ ਵੱਢ ਦੇਣਾ, ਛੱਡਣੇ ਨਹੀਂ ਸਾਰਾ ਪਰਿਵਾਰ। ਫਿਰ ਉਹਨਾਂ ਰਸਤੇ 'ਚ ਘੇਰ ਲਿਆ ਪੁਲ ਦੇ ਉੱਤੇ ਅਤੇ ਕਾਪੇ ਮਾਰੇ ਹੱਥਾਂ 'ਤੇ ਅਤੇ ਹੱਥਾਂ 'ਤੇ ਵੱਢ ਟੁੱਕ ਕੀਤੀ। ਫਿਰ ਅਸੀਂ ਉਦੋਂ ਬਾਅਦ ਤਾਂ ਘਰੋਂ ਬਾਹਰ ਹੋ ਗਏ, ਉੱਦਾਂ ਦੇ ਅਸੀਂ ਘਰੋਂ ਬਾਹਰ ਫਿਰਦੇ ਹਾਂ ਲਗੇ ਅਤੇ ਅਸੀਂ ਹਾਂ ਜਾਨੋਂ ਮਾਰਨ ਦੀ ਕੋਸ਼ਿਸ਼ ਬਹੁਤ ਕੀਤੀ। ਅਸੀਂ ਤਾਂ ਮੰਗ ਕਰਦੇ ਹਾਂ ਵੀ ਸਾਡਾ ਇਹ ਕੰਮ ਲੱਗਣਾ ਚਾਹੀਦਾ ਸਿਰੇ, ਕਿਉਂਕਿ ਅਸੀਂ ਫੜਾਉਣਾ ਹੈ ਇਹਨਾਂ ਨੂੰ। ਹਾਂਜੀ ਹਾਂਜੀ, ਗ੍ਰਿਫਤਾਰੀ ਦੀ ਮੰਗ ਹੀ ਕਰਦੇ ਹਾਂ ਵੀ ਗ੍ਰਿਫਤਾਰ ਕੀਤੇ ਜਾਣੇ ਚਾਹੀਦੇ ਨੇ। ਹਾਂਜੀ, ਅਸੀਂ ਗਰੀਬ ਪਰਿਵਾਰ ਆ, ਸਾਡੇ ਕੋਲ ਕੁਛ ਨਹੀਂ ਹੈਗਾ। ਇਹ ਜੀ ਕੋਈ ਰਮੇਸ਼ ਸਿੰਘ ਆ, ਉਹਦੀ ਲੜਕੀ ਆ 13-14 ਸਾਲ ਦੀ। ਉਹ ਦਿਹਾੜੀ ਗਈ ਸੀਗੀ ਮੇਥਰਾ ਪੁੱਟਣ, ਬਲਰਾਜ ਸਿੰਘ ਸਾਨੂੰ ਗੁਰਚਰਨ ਸਿੰਘ ਦੇ ਖੇਤ ਦਰਿਆ ਤੋਂ ਪਾਰ, ਕੋਈ ਨਾਲ ਗੁਆਂਢਣ ਜਨਾਨੀਆਂ ਸੀਗੀਆਂ ਉਹਨਾਂ ਦੇ ਨਾਲ ਗਈ ਸੀ। ਉੱਥੇ ਕਿਤੇ ਜਿਹੜਾ ਟਹਿਲ ਸਿੰਘ ਹੈਗਾ ਸੀ ਉਹਨਾਂ ਦੇ, ਜਿਹੜਾ ਕੋਈ ਆਪਦਾ ਰੱਖ ਰਖਾਵ ਕਰਦਾ ਉਹਨਾਂ ਦੀ ਫਸਲ ਦਾ, ਬਲਰਾਜ ਸਿੰਘ ਹੋਣਾ ਹੀ ਆ, ਉਹਨੇ ਉਹਨੂੰ ਕਿਹਾ ਚਾਹ ਬਣਾਉਣ ਲਈ। ਜਦੋਂ ਕਦੇ ਅੰਦਰ ਗਈ ਆ ਮਗਰ ਇਹ ਚਲੇ ਗਿਆ, ਉੱਥੇ ਉਹਦੇ ਨਾਲ ਉਹਦੀ ਬਾਂਹ ਫੜ ਲਈ ਉਹਨੇ, ਅਤੇ ਉੱਥੋਂ ਮੁੜ ਕੇ ਕੁੜੀ 'ਤੇ ਛੱਡ ਛਡਾ ਕੇ ਉੱਥੋਂ ਆ ਗਈ ਛੁੱਟ ਕੇ ਉਹਦੇ ਕੋਲੋਂ। ਉਹਨੇ ਘਰ ਆ ਕੇ ਦੱਸਿਆ ਕਿ ਉਹ ਲਾਮਾ ਦੇਣ ਗਏ ਅਤੇ ਉਹਨੇ ਬੈਰ ਵਿਰੋਧ ਕੀਤਾ। ਮੁਕੱਦਮਾ ਦਰਜ ਕਰ ਲਿਆ ਸੀ, ਮੁਕੱਦਮਾ ਨੰਬਰ 101 ਹੈ, ਬਰਬਿਆਨ ਰਮੇਸ਼ ਸਿੰਘ ਬਰਖਲਾਫ, ਉਹ 6 ਜਣੇ ਨੇ। ਹਾਂ, ਇੱਕ ਤਾਂ ਖੁਦ ਹੈਗਾ ਜੀ ਉਹ ਟਹਿਲ ਸਿੰਘ, ਉਹਦੇ 2 ਲੜਕੇ ਨੇ, ਇੱਕ ਸੰਦੀਪ ਸਿੰਘ ਪੁੱਤਰ ਕਾਲਾ ਸਿੰਘ ਅਤੇ ਗੁਰਮੇਜ ਸਿੰਘ ਪੁੱਤਰ ਗੁਰਦਾਸ ਸਿੰਘ, ਇਹਦਾ ਭਾਈ ਆ ਟਹਿਲ ਸਿੰਘ ਦਾ, ਇੱਕ ਮੱਖਣ ਸਿੰਘ ਪੁੱਤਰ ਰੁੜੀਆ ਸਿੰਘ, ਇੱਕੇ ਪਿੰਡ ਦੇ। ਕਿਹੜੀ ਕਿਹੜੀ ਤਰਾਵਾਂ ਲਾ ਕੇ? ਤਰਾਵਾਂ ਲਾਈਆਂ ਨੇ ਜੀ, ਅਤੇ ਲੱਗੀਆਂ ਨੇ ਜੀ 354A, 341, 324, 323, 148, 149, 10 ਬੋਕਸ ਹੋਏ। ਅਗਲੀ ਕਾਰਵਾਈ ਹੈ ਰਮੇਸ਼? ਅਜੇ ਜੇ ਤਫਤੀਸ਼ ਹੀ ਆ ਮੁਕੱਦਮਾ, ਅਜੇ ਕਰ ਰਹੇ ਤਫਤੀਸ਼। ਠੀਕ, ਦੋਸ਼ੀ ਸਰ ਫੜੇ ਗਏ? ਨਹੀਂ, ਅਜੇ ਕੋਈ ਦੋਸ਼ੀ ਨਹੀਂ ਫੜਿਆ। ਜਿਹੜਾ ਟਹਿਲ ਸਿੰਘ ਪਾਰਟੀ ਆ ਉਹਦੇ ਵੀ ਇਹਨਾਂ ਨੇ ਦਾਖਲਿਆ, ਉਹਦਾ ਮੇਰੇ ਵੀ ਸੱਟਾਂ ਲਾਈਆਂ ਉਹਨਾਂ ਨੇ। ਸਦਾ ਜਿਹੜੀ ਤਾਂ ਉਹਦੀ ਨੋਰਮਲ ਸੱਟ ਆ, ਬਟ ਉਹ ਦੱਸਦਾ ਵੀ ਮੇਰੀ ਲੱਤ ਟੁੱਟੀ ਆ, ਬਾਕੀ ਜੇ ਐਕਸਰੇ ਰਿਪੋਰਟ ਆਊ ਤਾਂ ਫਿਰ ਉਹਦੇ ਮੁਤਾਬਕ ਵਾਧਾ ਜ਼ਰੂਰ ਕਰਦੇ ਹਾਂ।
अज तक अनेक दुखी भैन भरावां दे घरां नूं बसाउण वाले मनीष आचारिया संपर्क करो 9969900755 पता फगवाड़ा पंजाब तकदीर कदों बदलेगी सच्चा प्यार मिलेगा जां नहीं खोया प्यार वापस पाउणा लव मैरिज सौदन दुश्मन तों छुटकारा जमीनी झगड़ा बीमारी च दवा ना लगना विदेश च पक्का होना कर्जा मुक्ति दे विशेष उपाय जाणो गुप्त वशीकरण कराओ मन चाहा प्यार पाओ लाटरी नंबर पाओ भावें 649 होवे जां लुट्टो मैक्स प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा 9969900755